ਊਸੇ ਜੱਟ ਬਾਰੇ ਬੋਲੋ। ਸਿੱਧੂ ਨੂੰ ਬਹੁਤ ਬਹੁਤ ਮੁਬਾਰਕਾਂ ਉਹਦੀ ਫਿਲਮ ਦੀਆਂ। ਮੈਂ ਅੱਜ ਹੁਣੇ 2-4 ਘੰਟੇ ਪਹਿਲੇ ਉਹਨੂੰ ਵਿਸ਼ੇ ਦੇ ਕੇ ਹਟਿਆ। ਤੁਸੀਂ ਸਾਰੇ ਆ ਜਿੰਨੇ ਸਾਡੇ ਭਰਾ ਇੰਡੀਆ 'ਚ ਮੇਰੇ ਖਿਆਲ ਨਾਲ ਫਿਲਮ ਬੈਨ ਹੋ ਗਈ, ਉਹ ਵੀ ਚੜਾਵ ਸੁੱਖ ਰੱਖਿਆ, ਸੈਂਸਰ ਵੀ ਮਿਲ ਜੂਗਾ। ਜਦੋਂ ਸਾਡੀ ਰੋਕੀਮੈਂਟ ਚੜਾਈ ਸੀਗੀ ਉਹ ਵੀ ਉਹਦਾ ਵੀ ਸੈਂਸਰ ਦਾ ਰੌਲਾ ਪੈ ਗਿਆ ਸੀ, ਉਹ ਵੀ ਫਰਾਈਡੇ ਦੀ ਥਾਂ 'ਤੇ ਸੈਟਰਡੇ ਰਿਲੀਜ਼ ਹੋਈ ਸੀ, ਉਹਦਾ ਵੀ ਆਪਣਾ ਇਸ਼ੂ ਪੈ ਗਿਆ ਸੀ। ਜਦੋਂ ਵੀ ਕੋਈ ਨਵਾਂ ਬੰਦਾ ਆਉਂਦਾ, ਖਾਸ ਕਰਕੇ ਫਿਲਮਸ ਦੇ ਵਿੱਚ ਆਉਂਦਾ, ਹਮੇਸ਼ਾ ਕੋਈ ਨਾ ਕੋਈ ਇਸ਼ੂ ਜ਼ਰੂਰ ਹੋ ਜਾਂਦਾ, ਕਿਉਂਕਿ ਤੁਹਾਨੂੰ ਆਪਣਾ ਜਿਵੇਂ ਕਿਸੇ ਵੀ ਇੰਡਸਟਰੀ ਤੁਹਾਡਾ ਹੱਥ ਜਿਹਾ ਪਿਆ ਹੁੰਦਾ, ਤੁਸੀਂ ਕੰਮ ਕਰ ਰਹੇ ਹੁੰਦੇ, ਤੁਹਾਨੂੰ ਉਹਦਾ ਕੀ ਕਹਿੰਦੇ ਨੇ ਪ੍ਰੋਸੈਸ ਪਤਾ ਹੁੰਦਾ। ਇਹ ਪ੍ਰੋਸੈਸ ਜਦੋਂ ਟਾਈਮ ਦੀ ਗੱਲ ਆ, ਇੱਕ ਫਿਲਮ ਆ ਦੂਜੀ ਤੀਜੀ ਤੱਕ ਜਿਹੜੇ ਆ ਉਹਨੂੰ ਵੀ ਹੱਥ ਪਾ ਲੈਣਾ ਹਿਸਾਬ ਕਿਤਾਬ, ਸੋ ਐਡਾ ਕੋਈ ਉਹ ਨਹੀਂ। ਪਰ ਜਿੰਨੇ ਸਾਡੇ ਭਰਾ ਬਾਹਰਲੇ ਮੁਲਕਾਂ 'ਚ ਨੇ, ਤੁਸੀਂ ਸਾਰੇ ਜਣੇ ਜ਼ਰੂਰ ਫਿਲਮ ਦੇਖਿਓ ਸਿੱਧੂ ਦੀ, ਹੁਣ ਬਹੁਤ ਬਹੁਤ ਵਿਸ਼ੇਸ ਮੇਰੇ ਭਰਾ ਨੂੰ। ਗੋਡ ਬਲੈਸ ਯੂ ਸਿੱਧੂ, ਲਵ ਯੂ। ਸਿੱਧੂ ਦਾ ਭਰਾ, ਉਹਦੇ ਬਾਰੇ ਬੋਲਤਾ ਹੁਣ ਮੈਂ ਸਾਰਿਆਂ ਬਾਰੇ ਕੀ ਗੱਲ ਕਰਾਂ, ਮੈਨੂੰ ਕਿਹੜਾ ਸਾਰੇ ਉਵੇਂ ਜਾਣਦੇ ਨੇ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਅਤੇ ਪੰਜਾਬ ਦੀਆਂ 2-3 ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸ਼ੁਰੂਆਤ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੀ। ਸਿੱਧੂ ਮੂਸੇਵਾਲਾ ਦੋਸਤੋ, ਉਸਦੀ ਫਿਲਮ ਬਾਰੇ ਬਹੁਤ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲਾਂਕਿ ਜਿੱਦਣ ਇਹ ਫਿਲਮ ਬੈਨ ਹੋਈ ਸੀ ਉਸ ਵੇਲੇ ਹੀ ਡਾਇਰੈਕਟਰ ਸਾਹਿਬਾਨ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ 8 ਤਰੀਕ ਤੱਕ ਪੂਰੀ ਕੋਸ਼ਿਸ਼ ਕਰਾਂਗੇ ਇਹ ਫਿਲਮ ਇੰਡੀਆ ਵਿੱਚ ਰਿਲੀਜ਼ ਹੋ ਜਾਵੇ। ਸੋ ਦੋਸਤੋ, ਅੱਗੇ ਇਸਦਾ ਆਪਾਂ ਡਿਟੇਲ ਵਿੱਚ ਜ਼ਿਕਰ ਕਰਾਂਗੇ। ਪੰਜਾਬੀ ਆਰਟਿਸਟਾਂ ਨੇ ਬਿਆਨ ਦਿੱਤੇ ਹਨ, ਕੁਝ ਕੁ ਹੋਰ ਵਿਵਾਦ ਸਾਹਮਣੇ ਆਏ ਹਨ, ਪਰ ਉਸ ਤੋਂ ਪਹਿਲਾਂ ਇਹ ਬਿਆਨ ਵੀ ਹੈ ਕਿ ਆਪਾਂ ਇੰਨੇ ਜ਼ਿਆਦਾ ਸਿੰਗਰਾਂ ਜਾਂ ਐਕਟਰਾਂ ਪ੍ਰਤੀ ਸੈਂਸਿਟਿਵ ਨਾ ਹੋਈਏ, ਉਹਨਾਂ ਤੋਂ ਵੀ ਗਲਤੀ ਹੋ ਸਕਦੀ ਹੈ, ਉਹ ਵੀ ਇਨਸਾਨ ਨੇ, ਲਾਲਚ ਆ ਸਕਦਾ ਹੈ, ਕਿਸੇ ਨੂੰ ਆਪਣੀ ਕੁਰਸੀ ਦਾ ਡਰ ਹੋ ਸਕਦਾ ਹੈ, ਕਿਸੇ ਨੂੰ ਆਪਣੇ ਰੁਤਬੇ ਦਾ ਡਰ ਹੋ ਸਕਦਾ ਹੈ, ਖੂਨ ਦਾ ਡਰ ਹੋ ਸਕਦਾ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਕੈਪਟਨ ਅਮਰਿੰਦਰ ਹੀ ਦੇਖ ਲਓ, ਕਾਂਗਰਸ ਨੇ ਕੁਛ ਨਹੀਂ ਦਿੱਤਾ ਤਾਂ ਬੀਜੇਪੀ ਵੱਲ ਚਲਿਆ ਗਿਆ, ਸਭ ਕੁਝ ਦੋਸਤੋ ਹੋ ਸਕਦਾ ਹੈ। ਹੁਣ ਕਹਿ ਸਿੰਗਰ ਦੀ ਗਲਤੀ ਹੈ, ਇਹ ਦੋਸਤੋ ਤੁਸੀਂ ਹੀ ਦੱਸਿਓ। ਬਹੁਤ ਸਾਰੇ ਤੱਥ ਵੀ ਸਾਹਮਣੇ ਆ ਰਹੇ ਹਨ, ਇੱਥੋਂ ਤੱਕ ਕਿ ਹਿੰਦੁਸਤਾਨ ਟਾਈਮਸ, ਇੱਕ ਦੋਸਤੋ ਬਹੁਤ ਵੱਡਾ ਨਿਊਜ਼ ਆਰਟੀਕਲ ਹੈ, ਉਸਨੇ ਵੀ ਅਮਰਿੰਦਰ ਸਿੱਧੂ ਮੂਸੇਵਾਲੇ ਬਾਰੇ, ਇਸ ਫਿਲਮ ਬਾਰੇ, ਕਲੈਸ਼ ਬਾਰੇ ਬਿਆਨ ਦਿੱਤੇ ਹਨ। ਦਿਖਾਵਾਂਗੇ ਕੁਝ ਨਹੀਂ, ਕਿਉਂਕਿ ਦੋਸਤੋ ਅਮਰਿੰਦਰ ਗੱਲ ਵੱਲ ਥੋੜ੍ਹਾ ਜਿਹਾ ਝਕਾ ਜ਼ਿਆਦਾ ਲੱਗਦਾ ਹੈ। ਪਰ ਦੋਸਤੋ, ਕਾਰਨ ਇੱਕ ਇਹ ਵੀ ਹੈ ਕਿ ਕਿਉਂ ਨਹੀਂ ਬੋਲ ਰਿਹਾ ਅਮਰਿੰਦਰ ਗਿੱਲ ਜਾਂ ਸਿੰਮੀ ਚਾਹਲ ਜਾਂ ਚੱਲ ਮੇਰਾ ਪੁੱਤ 3D ਸਟਾਰਕਾਸਟ। ਪਹਿਲਾਂ ਦੋਸਤੋ ਪੱਖ ਉਹਨਾਂ ਲੋਕਾਂ ਦਾ ਜੋ ਅਮਰਿੰਦਰ ਗਿੱਲ ਦੀ ਵਿਰੋਧਤਾ ਕਰ ਰਹੇ ਹਨ ਕਿ ਇਹ ਤਾਂ ਫਿਲਮ ਸਿਰਫ ਕਹਿ ਲਓ ਪਾਕਿਸਤਾਨੀ ਐਕਟਰਾਂ ਕਰਕੇ ਸੁਪਰ ਡੁਪਰ ਹਿੱਟ ਰਹੀ ਹੈ। ਸਾਨੂੰ ਨਹੀਂ ਲੱਗਦਾ ਦੋਸਤੋ ਇਹ ਗੱਲ ਇੱਥੇ ਗਲਤ ਸਾਬਤ ਹੁੰਦੀ ਹੈ ਉਹਨਾਂ ਲੋਕਾਂ ਦੀ। ਤੇ ਦੂਸਰੀ ਬੜੀ ਹੀ ਅਹਿਮ ਗੱਲ, ਜੋ ਸਿੱਧੂ ਤੇ ਅਮਰਿੰਦਰ ਗਿੱਲ ਦੀ ਫਿਲਮ ਦਾ ਕਲੈਸ਼ ਸੀ ਬਾਹਰਲੇ ਦੇਸ਼ਾਂ ਵਿੱਚ, ਤਾਂ ਦੋਸਤੋ ਚੱਲ ਮੇਰਾ ਪੁੱਤ 3 ਨਹੀਂ ਝੰਡੇ ਆਪਾਂ ਕਹਿ ਸਕਦੇ ਹਾਂ ਗੱਡੇ ਹਨ, ਲਗਭਗ 80-90% ਓਕੂਪੇਸੀ ਦੱਸੀ ਜਾ ਰਹੀ ਹੈ, ਉੱਥੇ ਹੀ 50-70% ਮੂਸਾ ਰੈੱਡ ਫਿਲਮ ਦੀ ਓਕੂਪੇਸੀ ਦੱਸੀ ਜਾ ਰਹੀ ਹੈ। ਕਮਾਈ ਦੀ ਦੋਸਤੋ ਜੇਕਰ ਗੱਲ ਕਰੀਏ ਤਾਂ 1 ਕਰੋੜ ਦੇ ਤਕਰੀਬਨ ਚੱਲ ਮੇਰਾ ਪੁੱਤ 3 ਦੀ, ਤੇ ਲਗਭਗ 60-70 ਲੱਖ ਦੇ ਕਰੀਬ ਪਹਿਲੇ ਦਿਨ ਦੀ ਕਮਾਈ ਮੂਸਾ ਰੈੱਡ ਦੀ ਦੱਸੀ ਜਾ ਰਹੀ ਹੈ। ਸੋ ਦੋਸਤੋ, ਕੈਰੀਅਰ ਪੁਰਾਣਾ ਹੈ, ਅਮਰਿੰਦਰ ਗਿੱਲ ਦਾ ਸਥਾਪਿਤ ਐਕਟਰ ਹੈ, ਇੰਨੀ ਕੁ ਤਾਂ ਕਮਾਈ ਫਿਰ ਵੀ ਦੋਸਤੋ ਬਣਦੀ ਸੀ। ਪਰ ਹਾਂ, ਇੰਡੀਆ ਵਿੱਚ ਜ਼ਿਆਦਾ ਰਹਿਣ ਵਾਲੀ ਸੀ ਮੂਸਾ ਰੈੱਡ ਦੀ ਕਮਾਈ, ਇਹ ਵੀ ਖਬਰ ਸਾਹਮਣੇ ਆਈ ਹੈ। IMDB ਦੀ ਨਿਊਜ਼ ਮੁਤਾਬਕ ਲਗਭਗ 2 ਕਰੋੜ ਵੀ ਕਮਾਈ ਹੋ ਸਕਦੀ ਸੀ ਜੇਕਰ ਇਹ ਇੰਡੀਆ ਵਿੱਚ ਰਿਲੀਜ਼ ਹੋ ਜਾਂਦੀ। ਤੇ ਇੱਕ ਦੋਸਤੋ ਆਰਟੀਕਲ ਇਹ ਵੀ ਛਪਿਆ ਹੈ, ਦਿਖਾਵਾਂਗੇ ਕੁਝ ਨਹੀਂ, ਕਿਉਂਕਿ ਦੋਸਤੋ ਫਿਰ ਕੁਝ ਕੁ ਪੇਜਾਂ ਵਾਲੇ ਫਿਰ ਨਜਾਇਜ਼ ਹੀ ਇੱਕ ਦੂਜੇ ਨਾਲ ਜੋੜ ਕੇ ਵਿਵਾਦ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਨੇ। ਐਲਬਮਸ ਦਾ ਦੋਸਤੋ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ। ਫਿਲਮ ਤੋਂ ਵੀ ਪਹਿਲਾਂ ਅਮਰਿੰਦਰ ਗਿੱਲ ਤੇ ਸਿੱਧੂ ਮੂਸੇਵਾਲੇ ਦੀ ਟ੍ਰੈਂਡਿੰਗ ਲਿਸਟ ਨੂੰ ਦੇਖੀਏ ਤਾਂ ਸਿੱਧੂ ਮੂਸੇਵਾਲੇ ਦੀ ਮੂਸ ਟੇਪ ਅੱਗੇ ਚੱਲ ਰਹੀ ਹੈ ਐਜ਼ ਅਕੋਰਡਿੰਗ ਟੂ ਐਪਲ ਮਿਊਜ਼ਿਕ ਚਾਰਟ। ਹਾਲਾਂਕਿ ਦੋਸਤੋ ਸਿੱਧੂ ਦੀ ਐਲਬਮ ਲਗਭਗ 3 ਮਹੀਨੇ ਪਹਿਲਾਂ ਰਿਲੀਜ਼ ਹੋਈ ਸੀ ਤੇ ਐਲਾਨ ਇਹਨਾਂ ਨੇ ਇਕੱਠਿਆਂ ਜਿਹਾ ਨਹੀਂ ਕੀਤਾ ਸੀ। ਉਦੋਂ ਵੀ ਦੋਸਤੋ ਵੈਸੇ ਵਿਵਾਦ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਨਹੀਂ, ਉਦੋਂ ਇਦਾਂ ਦਾ ਕੁਝ ਵੀ ਨਹੀਂ ਸੀ। ਤੇ ਇਸ ਤੋਂ ਇਲਾਵਾ ਜੇਕਰ ਜ਼ਿਕਰ ਕਰੀਏ ਬਿਲਬੋਰਡ ਚਾਰਟ ਨੂੰ ਲੈ ਕੇ, ਤਾਂ ਅਮਰਿੰਦਰ ਗਿੱਲ ਦੀ ਐਲਬਮ ਵੀ ਦੋਸਤੋ ਬਿਲਬੋਰਡ ਚਾਰਟ ਤੇ ਟ੍ਰੈਂਡ ਕਰ ਚੁੱਕੀ ਹੈ, ਉਸ ਵਿੱਚ ਆਪਣਾ ਸਥਾਨ ਹਾਸਲ ਕਰ ਚੁੱਕੀ ਹੈ। ਬਾਕੀ ਹੀ ਦੋਸਤੋ ਅਮਰਿੰਦਰ ਗਿੱਲ ਦੇ ਫੈਨਾਂ ਲਈ ਇਹ ਬਹੁਤ ਵੱਡੀ ਆਪਾਂ ਕਹਿ ਸਕਦੇ ਹਾਂ ਖੁਸ਼ੀ ਦੀ ਗੱਲ ਹੈ, ਪਰ ਜੋ ਮੇਨ ਵਿਵਾਦ ਹੀ ਪਖਿਆ ਹੋਇਆ ਹੈ ਉਹ ਹੈ ਫਿਲਮ ਨੂੰ ਲੈ ਕੇ। ਕਿਉਂ ਨਹੀਂ ਬੋਲ ਰਹੇ ਇਸ ਦੀ ਸਟਾਰ ਕਾਸਟ ਵਾਲੇ ਸਾਰੇ ਹੀ ਮੈਂਬਰ, ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਦੋਸਤੋ ਸਾਨੂੰ ਵੀ ਲੱਗਦਾ ਹੈ ਇੰਨਾ ਵੀ ਮਤਲਬ ਕਹਿ ਲਈਏ ਸਊਪੁਣਾ ਇਕਾਂਤ ਅਵਸਥਾ ਵਿਵਾਦਾਂ ਤੋਂ ਦੂਰ, ਕਿਉਂਕਿ ਕਈ ਵਾਰ ਸਫਾਈ ਦੇਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਮੂਸਾ ਰੈੱਡ ਫਿਲਮ ਦੀ ਡਾਇਰੈਕਟਰ ਸਾਹਿਬਾਨ ਨੇ ਦੋਸਤੋ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਹਾਂ, ਇਹਨਾਂ ਦੀ ਹੀ ਟੀਮ ਨੇ ਇਹ ਪੰਗਾ ਲਿਆ ਹੈ, ਸੈਂਸਰ ਬੋਰਡ ਨੂੰ ਚਿੱਠੀ ਲਿਖੀ ਹੈ, ਹੋਰ ਵੀ ਬਹੁਤ ਕੁਝ। ਆਰਟੀਕਲ ਵੀ ਦੋਸਤੋ ਕੁਝ ਕੁ ਅਜਿਹਾ ਹੀ ਦੱਸਦਾ ਸੀ, ਸਫਾਈ ਦੇਣੀ ਬਹੁਤ ਹੀ ਜ਼ਰੂਰੀ ਹੋ ਗਈ ਹੈ। ਫਿਰ ਦੋਸਤੋ ਕੁਝ ਕੁ ਲੋਕ ਕਹਿੰਦੇ ਹਨ ਤੁਸੀਂ ਵਿਵਾਦ ਕ੍ਰੀਏਟ ਕਰਵਾ ਰਹੇ ਹੋ, ਇੱਦਾਂ ਕਹਿ ਰਹੇ ਹੋ, ਉੱਦਾਂ ਕਹਿ ਰਹੇ ਹੋ। ਚਲੋ ਠੀਕ ਆ,
ਅੱਜ ਦਾ ਬਾਦਸ਼ਾਹ ਕੱਲ ਤੱਕ ਨਹੀਂ ਰਹਿੰਦਾ। ਇਹ ਗੱਲ ਆਪਾਂ ਸਮੇਂ ਤੇ ਹੀ ਛੱਡ ਦਈਏ, ਕਰਮਾਂ ਤੇ ਹੀ ਛੱਡ ਦਈਏ, ਜ਼ਿਆਦਾ ਬਿਹਤਰ ਰੂ। ਆਉਣ ਵਾਲੇ ਟਾਈਮ ਵਿੱਚ ਸਭ ਪਤਾ ਲੱਗ ਜਾਵੇਗਾ ਕੌਣ ਕਿੱਥੇ ਕੀ ਸਹੀ ਕਰ ਰਿਹਾ ਸੀ, ਕਿਸ ਨੇ ਗਲਤ ਕੀਤਾ ਤੇ ਉਸ ਨਾਲ ਬਾਅਦ ਵਿੱਚ ਫਿਰ ਕੀ ਹੋਇਆ। ਫਿਲਹਾਲ ਦੇ ਟਾਈਮ ਜਿਵੇਂ ਚੱਲ ਰਿਹਾ ਹੈ, ਸਾਨੂੰ ਵੀ ਲੱਗਦਾ ਮਾਹੌਲ ਚਾਲ ਚੱਲੀ ਹੀ ਜਾਣਾ ਚਾਹੀਦਾ ਹੈ। ਪਰਮੀਸ਼ ਵਰਮਾ ਨੇ ਦੋਸਤੋ ਸਪੈਸ਼ਲ ਸਪੋਰਟ ਕੀਤੀ ਹੈ ਸਿੱਧੂ ਮੂਸੇਵਾਲੀ ਦੀ ਇਸ ਵਿਸ਼ੇ ਤੇ। ਹਾਲਾਂਕਿ ਦੋਸਤੋ ਉਸਨੇ ਕਲੈਸ਼ ਫਿਲਮ ਬਾਰੇ ਜਾਂ ਹੋਰ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ, ਸਿਰਫ ਇੰਨਾ ਹੀ ਕਹਿ ਰਿਹਾ ਸੀ ਕਿ ਬਹੁਤ ਹੀ ਓਪੋਸਾਈਟ ਹੁੰਦੀ ਹੈ ਜਦੋਂ ਇੱਕ ਸਿੰਗਰ ਫਿਲਮੀ ਕਰੀਅਰ ਵਿੱਚ ਆਉਂਦਾ ਹੈ। ਰੂਲ ਰੈਗੂਲੇਸ਼ਨ ਪ੍ਰੋਸੀਜਰ ਬਹੁਤ ਹੀ ਅਲੱਗ ਹੁੰਦੇ ਨੇ। ਚਲੋ ਧੰਨਵਾਦ ਭਰਾ ਦਾ ਸਪੋਰਟ ਕਰ ਰਿਹਾ ਹੈ ਕਈ ਪੰਜਾਬੀ ਆਰਟਿਸਟ। ਇੱਕ ਦੋਸਤੋ ਬੜੀ ਹੀ ਅਹਿਮ ਗੱਲ ਸੀ, ਬਹੁਤ ਸਾਰੇ ਸੋਸ਼ਲ ਮੀਡੀਆ ਪੇਜਸ ਤੇ ਇਹ ਚਰਚਾ ਦੇਖ ਰਹੇ ਸੀ। ਓਬਸੈਸਿਵ ਦੋਸਤੋ ਉਹ ਵੀ ਹੋ ਜਾਂਦੇ ਹਨ ਅਮਰਿੰਦਰ ਗਿੱਲ ਨੂੰ ਲੈ ਕੇ। ਚਲੋ ਸਾਊ ਭਰਾ ਹੈ, ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਉਹ ਸਹੀ ਵੀ ਹੋ ਸਕਦਾ ਹੈ, ਗਲਤੀ ਦੋਸਤੋ ਕਿਸੇ ਤੇ ਵੀ ਹੋ ਸਕਦੀ ਹੈ। ਉਹ ਇਹ ਕਹਿ ਰਹੇ ਸਨ ਕਿਸਾਨੀ ਆਧਾਰਿਤ ਫਿਲਮ ਨਹੀਂ ਹੈ, ਫਿਰ ਐਵੇਂ ਸਿੱਧੂ ਮੂਸੇਵਾਲੇ ਨੇ ਰੌਲਾ ਪਾਇਆ। ਸੋ ਦੋਸਤੋ ਫਿਲਮ ਕਿਸਾਨੀ ਆਧਾਰਿਤ ਹੈ, ਕਿਸਾਨ ਅੰਦੋਲਨ ਆਧਾਰਿਤ ਨਹੀਂ। ਸਮਝਣ ਦੀ ਲੋੜ ਹੈ, ਦੋ ਐਸਪੈਕਟ ਨੇ। ਕਿਸਾਨਾਂ ਦੇ ਮੁੱਦੇ ਦਿਖਾਏ ਗਏ ਹਨ, ਉਹ ਆਤਮ ਹੱਤਿਆ ਕਰਦੇ ਹਨ, ਉਹਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਪੈਂਦਾ, ਕਿਵੇਂ ਤਾਨਾਸ਼ਾਹ ਰਾਜ ਅਪਣਾਇਆ ਜਾਂਦਾ ਹੈ। ਕਿਸਾਨ ਅੰਦੋਲਨ ਨਹੀਂ ਦਿਖਾਇਆ ਗਿਆ ਜੋ ਦਿੱਲੀ ਵੱਲ ਜਾ ਰਹੇ ਹਨ। ਇਹ ਦੋ ਅਲੱਗ ਅਲੱਗ ਐਸਪੈਕਟ ਨੇ। ਹੁਣ ਜਿਸ ਕਿਸੇ ਸ਼ਖਸ ਨੇ ਸ਼ਿਕਾਇਤ ਕੀਤੀ ਹੈ ਸੈਂਸਰ ਬੋਰਡ ਨੂੰ, ਉਸਨੇ ਇਹ ਕਿਹਾ ਕਿ ਇਹ ਕਿਸਾਨੀ ਆਧਾਰਿਤ ਫਿਲਮ ਹੈ, ਕਿਸਾਨੀ ਅੰਦੋਲਨ ਆਧਾਰਿਤ ਫਿਲਮ ਹੈ, ਇਹ ਹੋਰ ਭੜਕਾਊਗੀ ਉਸ ਨੂੰ। ਹੱਦ ਆ ਦੋਸਤੋ, ਆਪਣੇ ਪੰਜਾਬੀ ਕਦੇ ਲੱਤਾਂ ਖਿੱਚਣ ਤੋਂ ਬਾਜ਼ ਨਹੀਂ ਆਉਂਦੇ। ਹੁਣ ਦੋਸਤੋ ਇਲਜ਼ਾਮ ਵੀ ਇਹ ਉਹਨਾਂ ਦੀ ਟੀਮ ਤੇ ਹੀ ਲਗਾਏ ਜਾ ਰਹੇ ਹਨ। ਹੁਣ ਇਹ ਨਾ ਸਮਝੋ ਕਿ ਚੁੱਪ ਨਾਲ ਰੋਲੀ ਪਈਏ ਦੁੱਕੀ ਤਿੱਕੀ, ਉਹ ਗੱਲ ਨਹੀਂ। ਸਾਨੂੰ ਲੱਗਦਾ ਹੈ ਵਾਕਈ ਹੀ ਜਵਾਬ ਦੇਣਾ ਜ਼ਰੂਰੀ ਹੈ। ਇਲਜ਼ਾਮ ਲਗਾਏ ਜਾ ਰਹੇ ਹਨ, ਹੇਟਰ ਕ੍ਰੀਏਟ ਹੋ ਰਹੇ ਹਨ। ਜੀਰੋ ਹੇਟਰ ਸੀ ਦੋਸਤੋ ਅਮਰਿੰਦਰ ਗਿੱਲ ਦਾ, ਪਰ ਲੇਟੈਸਟ ਪੋਸਟ ਚੈੱਕ ਕਰ ਲਓ ਉਸਦੀ, ਬਹੁਤ ਸਾਰੇ ਲੋਕ ਉਸਦੇ ਪੱਖ ਵਿੱਚ ਵੀ ਹਨ। ਸਾਨੂੰ ਵੀ ਲੱਗਦਾ ਹੈ ਅਸੀਂ ਵੀ ਉਸਦਾ ਪੱਖ ਪੂਰਦੇ ਹਾਂ ਜਿੱਥੇ ਪੂਰਨ ਦੀ ਲੋੜ ਹੈ, ਪਰ ਦੋਨਾਂ ਤਰ੍ਹਾਂ ਦਾ ਦੋਸਤੋ ਪੱਖ ਰੱਖਣਾ ਜ਼ਰੂਰੀ ਹੈ। ਇਲਜ਼ਾਮ ਲੱਗੇ ਹਨ ਤਾਂ ਸਫਾਈ ਵੀ ਦੇਣੀ ਚਾਹੀਦੀ ਹੈ ਕਿ ਨਹੀਂ ਭਰਾ ਇਦਾਂ ਦਾ ਕੁਝ ਨਹੀਂ, ਕਿਸੇ ਹੋਰ ਨੇ ਸ਼ਿਕਾਇਤ ਕੀਤੀ ਹੈ, ਸਾਡਾ ਇਸ ਦੀ ਟੀਮ ਵਿੱਚ ਕੋਈ ਹੱਥ ਵਸ ਨਹੀਂ। ਨਹੀਂ ਤਾਂ ਫਿਰ ਆਉਣ ਵਾਲੇ ਟਾਈਮ ਵਿੱਚ ਦੋਸਤੋ ਹੋਰ ਵੀ ਬਦਲੇ ਦੀ ਭਾਵਨਾ ਅਗਲੇ ਅੰਦਰ ਉੱਗਰਦੀ ਹੀ ਰਹਿੰਦੀ ਹੈ। ਫਿਰ ਹੋਰ ਕਿਸੇ ਗਾਣਿਆਂ ਵਿੱਚ ਕਲੈਸ਼ ਕਰੇਗਾ, ਫਿਲਮਾਂ ਵਿੱਚ ਕਲੈਸ਼ ਕਰੇਗਾ, ਹਰੇਕ ਟਾਈਮ ਇੱਕੋ ਜਿਹਾ ਨਹੀਂ ਰਹਿੰਦਾ। ਜ਼ਿਆਦਾ ਹੀ ਦੋਸਤੋ ਚਰਚਾ ਹੋ ਗਈ, ਸਿੱਧੂ ਮੂਸੇਵਾਲੇ ਦੀ ਇੱਕ ਪੋਡਕਾਸਟ ਵੀ ਸਾਹਮਣੇ ਆਈ ਹੈ, ਬਿਆਨ ਦੇ ਰਿਹਾ ਹੈ ਇਸ ਫਿਲਮ ਬਾਰੇ ਕਿ ਕਿਵੇਂ ਮੇਰਾ ਕੈਨੇਡਾ ਦਾ ਦੌਰ ਸੀ, ਇੱਕ ਹੋਰ ਫਿਲਮ ਆ ਰਹੀ ਹੈ 22 ਤਰੀਕ ਨੂੰ, ਕੋਈ ਗੱਲ ਨਹੀਂ, ਪਰਮਾਤਮਾ ਨੇ ਜੋ ਕੁਝ ਲਿਖਿਆ ਉਹ ਤਾਂ ਬਸ ਹੋ ਕੇ ਹੀ ਰਹਿਣਾ ਹੈ। ਤੁਸੀਂ ਵੀ ਦੋਸਤੋ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ। ਫਿਲਮ ਇੰਡਸਟਰੀ ਇੱਕ ਤਰ੍ਹਾਂ ਦੀ ਜਮਾਂ ਓਪੋਜ਼ਿਟ ਇੰਡਸਟਰੀ ਹੈ ਜੀ ਮਿਊਜ਼ਿਕ ਤੋਂ ਜੀ, ਤੇ ਮੇਰੀ ਪਹਿਲੀ ਫਿਲਮ ਸੀਗੀ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਕਈ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਨਾ। ਤੇ ਇਹ ਫਿਲਮ ਅਸੀਂ ਖਾਸ ਕਰਕੇ ਫਾਰਮਰਸ ਦੇ ਯਾਨੀ ਕਿ ਉਹਨਾਂ ਦੇ ਯਾਨੀ ਕਿ ਜੋ ਉਹਨਾਂ ਦਾ ਦੁਖਾਂਤ ਹੈ ਹਨਾ, ਉਹਨਾਂ ਦੇ ਉਹਦੇ ਰਿਲੇਟਡ ਫਿਲਮ ਬਣਾਈ ਹੈ ਤੇ ਫਿਲਮ ਦਾ ਵੀ ਬਹੁਤ ਵਧੀਆ ਸਫ਼ਰ ਰਿਹਾ ਜੀ। ਫਿਲਮ ਬਣਾ ਕੇ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ, ਕਿਉਂਕਿ ਇਹ ਜਿਹੜੀ ਸਟੋਰੀ ਹੈ ਨਾ ਜੋ ਸਕ੍ਰਿਪਟ ਹੈ ਫਿਲਮ ਦੀ, ਇਹ ਖਾਸ ਕਰਕੇ ਯਾਨੀ ਕਿ ਅਸੀਂ ਸਪੈਸ਼ਲੀ ਜਦੋਂ ਫਿਲਮ ਅਸੀਂ ਲਿਖਣੀ ਸੀਗੀ ਨਾ, ਜਦੋਂ ਲਿਖਿਆ ਵੀ ਨੀ ਸੀ, ਉਦੋਂ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਸੀਗੀ ਵੀ ਫਿਲਮ ਆਪਾਂ ਆਪਣੇ ਇਲਾਕੇ ਤੇ ਆਪਣੇ ਲੋਕਾਂ ਤੇ ਹਨਾ, ਜੋ ਅੱਜ ਦਾ ਦੁਖਾਂਤ ਹੈ ਹਨਾ, ਕਿਸਾਨੀ ਦਾ ਦੁਖਾਂਤ ਹੈ, ਇਹਦੇ ਰਿਲੇਟਡ ਕੁਛ ਨਾ ਕੁਛ ਕੀਤਾ ਜਾਵੇ ਤੇ ਫਿਲਮ ਸਾਰੀ ਉਸ ਦੇ ਅਰਾਊਂਡ ਹੀ ਘੁੰਮਦੀ ਹੈ। ਤਾਂ ਉਹ ਥੋੜੀਆਂ ਬਹੁਤ ਸਾਨੂੰ ਪ੍ਰੋਬਲਮਸ ਵੀ ਆਈਆਂ ਹਨਾ, ਜਿਵੇਂ ਕਿ ਇੰਡੀਆ ਦੇ ਸੈਂਸਰ ਬੋਰਡ ਦੀ ਪ੍ਰੋਬਲਮ ਆ ਗਈ ਸਾਨੂੰ, ਪਰ ਅਸੀਂ ਇੰਡੀਆ ਨੂੰ ਛੱਡ ਕੇ ਬਾਹਰ ਸਾਰੇ ਕਿਤੇ ਰਿਲੀਜ਼ ਕਰ ਰਹੇ ਹਾਂ ਫਿਲਮ। ਇੰਡੀਆ ਮੇ ਵੀ ਹਜੇ ਸਾਨੂੰ ਥੋੜਾ ਟਾਈਮ ਲੱਗ ਜਾਊਗਾ ਤੇ ਅਸੀਂ ਪੂਰੀ ਲੜਾਈ ਲੜ ਰਹੇ ਹਾਂ ਵੀ ਇੰਡੀਆ 'ਚ ਵੀ ਫਿਲਮ ਲੱਗ ਗਈ। ਤੇ ਦੋਸਤੋ ਇੱਥੇ ਹੁਣ ਅਸੀਂ ਕਰਨ ਔਜਲੇ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ, ਜੋ ਸ਼ਰਾਬ ਗਾਣੇ ਦਾ ਇੱਕ ਬਹੁਤ ਵੱਡਾ ਵਿਵਾਦ ਕ੍ਰੀਏਟ ਹੋਇਆ ਸੀ। ਕੱਲ ਹਰਜੀਤ ਹਰਮਨ ਤੇ ਸਪੀਡ ਰੈਕਰ ਦਾ ਜੋ ਓਨਰ ਸੀ ਉਹ ਮਨੀਸ਼ਾ ਗਲਾਟੀ ਜੀ ਨੂੰ ਮਿਲੇ। ਉਹਨਾਂ ਨੇ ਦੋਸਤੋ ਸਪੈਸ਼ਲ ਇੱਕ ਸਟੋਰੀ ਵੀ ਸ਼ੇਅਰ ਕੀਤੀ ਹੈ, ਪੋਸਟ ਵੀ ਸ਼ੇਅਰ ਕੀਤੀ ਹੈ, ਵੀਡੀਓ ਵੀ ਜਾਰੀ ਕੀਤੀ ਹੈ। ਪੱਖ ਰੱਖਿਆ ਹੈ ਦੋਨਾਂ ਹੀ ਲੋਕਾਂ ਨੇ ਕਿ ਨਹੀਂ ਸਾਡਾ ਇਦਾਂ ਦਾ ਕੋਈ ਵੀ ਮਕਸਦ ਨਹੀਂ ਸੀ, ਅੱਗੇ ਤੋਂ ਅਸੀਂ ਧਿਆਨ ਰੱਖਾਂਗੇ। ਕਰਨ ਔਜਲੇ ਨਾਲ ਤਾਂ ਵੈਸੇ ਦੋਸਤੋ ਵੀਡੀਓ ਕਾਲ ਹੀ ਹੋਈ ਸੀ, ਉਹ ਇੰਡੀਆ ਵਿੱਚ ਵਾਪਸ ਨਹੀਂ ਆਇਆ ਤੇ ਇਹ ਕਹਿ ਰਿਹਾ ਸੀ ਕਿ ਜੇ ਮੈਂ ਇੰਡੀਆ ਵਿੱਚ ਆਇਆ ਤਾਂ ਮਨੀਸ਼ਾ ਗਲਾਟੀ ਜੀ ਨੂੰ ਮਿਲ ਕੇ ਆਪਣਾ ਪੱਖ ਰੱਖਾਂਗਾ, ਸਾਰੀ ਗੱਲ ਕਲੀਅਰ ਕਰ ਦੇਵਾਂਗਾ। ਸ਼ਰਾਬ ਗਾਣੇ ਦੀ ਵੈਸੇ ਦੋਸਤੋ ਵੀਡੀਓ ਵੀ ਆ ਰਹੀ ਹੈ, ਕੀ ਤੁਹਾਨੂੰ ਵੀ ਇਹ ਗਾਣਾ ਗਲਤ ਲੱਗਦਾ ਹੈ ਕਿ ਵਾਕਈ ਹੀ ਕੁੜੀਆਂ ਦੀ ਨਿੰਦਿਆ ਕੀਤੀ ਗਈ ਹੈ? ਕਰਨ ਔਜਲਾ ਦੇ ਫੈਨਾਂ ਦਾ ਪੱਖ ਇਹ ਵੀ ਸੀ ਕਿ ਪਹਿਲਾਂ ਵੀ ਇਹੋ ਜਿਹੇ ਬਹੁਤ ਗਾਣੇ ਆਏ ਹਨ, ਫਿਰ ਤੁਸੀਂ ਉਹਨਾਂ ਤੇ ਵੀ ਕਾਰਵਾਈ ਕਰੋ, ਪਰ ਉਹੀ ਗੱਲ ਹੁੰਦੀ ਹੈ ਨਾ ਦੋਸਤੋ, ਚੱਲ ਰਹੇ ਮਾਹੌਲ ਵਿੱਚ ਡਰ ਹੁੰਦਾ ਹੈ ਕਿ ਕਿਹੜਾ ਕਿਸੇ ਨੂੰ ਰਿਪਲੇਸ ਕਰਦਾ ਹੈ, ਕਿਹੜਾ ਕੀ ਕਰ ਸਕਦਾ ਹੈ ਤੇ ਕਿਹੜਾ ਕਿੰਨਾ ਕਦਮ ਰੱਖਦਾ ਹੈ। ਤੁਸੀਂ ਹੀ ਦੱਸਿਓ ਦੋਸਤੋ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ। ਤੇ ਦੋਸਤੋ ਅਖੀਰ ਤੇ ਅਸੀਂ ਹੁਣ ਦਲਜੀਤ ਭਰਾ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ, ਬਸ ਕੁਝ ਕੁ ਦਿਨ ਹੀ ਬਾਕੀ ਹਨ, 10-12 ਫਿਰ ਉਸਦੀ ਫਿਲਮ ਹੌਸਲਾ ਰੱਖ ਆ ਜਾਣੀ ਹੈ। ਸ਼ਹਿਨਾਜ਼ ਗਿੱਲ ਤੇ ਸੋਨੂੰ ਬਾਜਵਾ ਦੀ ਅਹਿਮ ਫੀਚਰਿੰਗ ਕਰ ਰਹੀਆਂ ਨੇ, ਟ੍ਰੇਲਰ ਨੂੰ ਤਾਂ ਬਹੁਤ ਹੀ ਜ਼ਿਆਦਾ ਦੋਸਤੋ ਪਿਆਰ ਮਿਲ ਰਿਹਾ ਹੈ। ਇੱਕ ਦਿਨ ਵਿੱਚ ਉਸਨੇ ਪਹਿਲਾਂ ਬਹੁਤ ਵੱਡੇ ਵੱਡੇ ਰਿਕਾਰਡ ਤੋੜੇ ਸਨ, ਹੁਣ ਵੀ ਮੋਸਟ ਵਾਚਡ ਟ੍ਰੇਲਰ ਦੋਸਤੋ ਪੰਜਾਬੀ ਇੰਡਸਟਰੀ ਦਾ ਚੱਲ ਰਿਹਾ ਹੈ। ਫਿਲਮ ਤੋਂ ਦੋਸਤੋ ਬਹੁਤ ਹੀ ਜ਼ਿਆਦਾ ਉਮੀਦ ਲਗਾਈ ਜਾ ਰਹੀ ਹੈ ਤੇ ਹੋ ਵੀ ਸਕਦਾ ਹੈ ਕਿਉਂਕਿ ਡੇਟਾਂ ਚੇਂਜ ਹੋ ਰਹੀਆਂ ਨੇ। ਸਿੱਧੂ ਦੇ
ਤੇ ਮਤਲਬ 15 ਅਕਤੂਬਰ 14 15 ਜੋ ਵੀ ਡੇਟ ਆਉਂਦੀ ਹੈ ਉਸ ਵੇਲੇ ਇਹਨਾਂ ਦੀਆਂ ਫਿਲਮਾਂ ਕਲੈਸ਼ ਹੋ ਜਾਣਗੀਆਂ ਪਰ ਨਾ ਹੀ ਹੁਣ ਤਾਂ ਦੋਸਤੋ ਵਧੀਆ ਹੈ ਕਮਾਈ ਤੇ ਬਹੁਤ ਹੀ ਜ਼ਿਆਦਾ ਇਫੈਕਟ ਪੈਂਦਾ ਹੈ ਤੇ ਦੋਸਤੋ ਇੱਕ ਨਿੱਕੀ ਜਿਹੀ ਰਿਕੁਐਸਟ ਇਹ ਵੀ ਸੀ ਪੰਜਾਬੀ ਪੁੰਟਰ ਲਾਈਵ ਦੇਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਤੇ ਅਸੀਂ ਗੇਮਿੰਗ ਰਿਐਕਸ਼ਨ ਤੇ ਬਲੌਗ ਵਾਲੀਆਂ ਵੀਡੀਓ ਲੈ ਕੇ ਆ ਰਹੇ ਹਾਂ ਤੇ ਹੋ ਸਕਿਆ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ।